ਸਿਚੁਏਸ਼ਨ ਪੀਸਫੁਲ ਹੈ। ਬਲਾਕ ਫਾਜ਼ਿਲਕਾ ਦੇ ਕਰੀਬ ਕਰੀਬ ਸਾਰੇ ਸਦਰ ਥਾਣੇ ਦੇ ਪਿੰਡਾਂ 'ਚ ਅਸੀਂ ਵਿਜ਼ਿਟ ਕੀਤਾ, ਪੀਸਫੁਲੀ ਚੱਲ ਰਿਹਾ, ਮਨ ਮਨ ਨਾਲ ਪੋਲਿੰਗ ਕਰ ਰਹੇ ਆ ਲੋਕ। ਸਰ ਕਿੰਨੇ ਆਪਣੇ ਪੁਲਿਸ ਕਰਮਚਾਰੀ ਲਗਾਏ ਹੋਏ ਆ ਜੀ ਸੁਰੱਖਿਆ ਵਾਸਤੇ? ਨੋਰਮ ਦੇ ਮੁਤਾਬਕ ਹਰੇਕ ਬੂਥ 'ਤੇ ਮੁਲਾਜ਼ਮ ਤੈਨਾਤ ਕੀਤੇ ਗਏ। ਸਰ ਆਪਣੇ ਇਲਾਕੇ 'ਚ ਕਿੰਨੇ ਸੰਵੇਦਨਸ਼ੀਲ ਬੂਥ ਹੈ ਜੀ ਇਹਦੇ ਬਾਰੇ? ਸੰਵੇਦਨਸ਼ੀਲ ਔਰ ਨੋਰਮਲ ਕਾਫੀ ਹੈ, ਮਤਲਬ ਜੀ ਕਰੀਬ 5-7 ਦੇ ਕਰੀਬ ਸਾਡੇ ਸੰਵੇਦਨਸ਼ੀਲ ਹੈਗੇ ਆ ਜੀ, ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਵਰ ਕੀਤਾ ਹੋਇਆ। ਬਾਕੀ ਕੋਈ ਐਡੀ ਗੱਲ ਨਹੀਂ, ਪੀਸਫੁਲ ਹੀ ਚੱਲ ਰਿਹਾ ਸਾਰਾ। ਮੈਂ ਤਾਂ ਲੋਕਾਂ ਨੂੰ ਕਿਹਾ ਨਾ ਵੀ ਇਹ ਲੋਕਤੰਤਰ ਦਾ ਇੱਕ ਤਰ੍ਹਾਂ ਦਾ ਤਿਉਹਾਰ ਹੈ, ਇਹਦੇ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਜਿਹੜਾ ਵੋਟ ਦੇ ਅਧਿਕਾਰ ਦਾ ਪੂਰਨ ਤੌਰ 'ਤੇ ਪ੍ਰਯੋਗ ਕਰਨ। नमस्कार दोस्तों, रुपेश बंसल आरबी लाइव मीडिया में आपका स्वागत कर रहा हूँ। फाजिलका के गांव बनवाला हनुमंता में पहुंचा हुआ हूं। यहां पर जिला परिषद व ब्लॉक समिति चुनाव शांतिपूर्ण तरीके से जारी है, धीमी गति से यहां पर मतदान चल रहा है। देखिए प्रकार से यहां पर लोग मतदान करने के लिए मतदान केंद्र पर पहुँच रहे हैं। यहाँ पर सरकारी स्कूल में मतदान केंद्र बनाया गया है। देखिए प्रकार से यहाँ पर लोग मतदान करने के लिए यहाँ पर पहुँच रहे हैं। हमारे संवाददाता संजय जलंधरा द्वारा यह लाइव तस्वीर में गांव बनवाला हनुमंता से भेजी जा रही, हम आपको दिखा रहे हैं। बने रहे हमारे साथ, देखते रहे हमारा चैनल। ਵਾਲੇ ਨਵੰਤੇ ਤੋਂ ਵੋਟਰ ਹਾਂ। ਇਹ ਪਿੰਡ ਦਾ ਮਾਹੌਲ ਬਹੁਤ ਵਧੀਆ, ਵਧੀਆ ਵੋਟਿੰਗ ਚੱਲ ਰਹੀ ਆ, ਸਾਰਿਆਂ 'ਚ ਸਦਭਾਵਨਾ ਪਿਆਰ ਪ੍ਰੇਮ ਨਾਲ ਪਾ ਰਹੇ ਆ, ਕੋਈ ਪਾਰਟੀ ਬਾਜ਼ੀ ਨਹੀਂ ਇੱਥੇ, ਬਹੁਤ ਵਧੀਆ ਸਿਸਟਮ ਨਾਲ ਸਭ ਕੁਛ ਚੱਲ ਰਿਹਾ ਜੀ। ਥੈਂਕ ਯੂ ਜੀ। ਇਲੈਕਸ਼ਨ ਪਿੰਡ 'ਚ ਜੋ ਬਨ ਵਾਲੇ 'ਚ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ, ਕਿੱਦਾਂ ਚੱਲ ਰਿਹਾ ਜੀ? ਬਹੁਤ ਵਧੀਆ ਚੱਲ ਰਿਹਾ ਜੀ। 77 ਨੰਬਰ ਬੂਥ 'ਤੇ 70-80 ਵੋਟਾਂ ਪੋਲ ਹੋ ਚੁੱਕੀਆਂ ਜੀ ਹੁਣ ਤੱਕ, ਅੱਜ ਤਾਂ ਟਾਈਮ ਵੀ ਥੋੜ੍ਹਾ ਹੋਇਆ ਜੀ। ਮੈਂ ਬਨ ਵਾਲਾ ਨੂੰ ਤਾਂ ਰਜੀਸ਼ ਕੁਮਾਰ ਵੋਟਰ, ਜਿਹੜੀ ਕੇਸ ਪਿੰਡ ਬਣ ਵਾਲਾ ਵੋਟ ਪੋਲ ਹੋ ਰਹੀ ਹੈ, 218 ਦੇ ਕੀ ਵੋਟ ਪੋਲ ਹੋ ਚੁੱਕੀ ਹੈ। ਸ਼ਾਂਤਮਈ ਨਾਲ ਮਾਹੌਲ ਚੱਲ ਰਿਹਾ ਹੈ ਅਤੇ ਵਿੱਚ ਭਾਈਚਾਰੇ ਨਾਲ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ। ਅਬ ਹਮ ਆਪਕੋ ਲੇਕਰ ਆਏ ਹੈ ਗਾਂਵ ਰਾਮਪੁਰਾ ਮੇਂ, ਯਹਾਂ ਪਰ ਵੀ ਮਤਦਾਨ ਸ਼ਾਂਤੀਪੂਰਕ ਤਰੀਕੇ ਸੇ ਜਾਰੀ ਹੈ। ਫਾਜ਼ਿਲਕਾ ਕੇ ਡੀਸੀ ਸਰਦਾਰ ਮਨਪ੍ਰੀਤ ਸਿੰਘ ਕੀ ਹਦਾਇਤ ਪਰ ਯਹਾਂ ਪਰ ਇਹ ਚੁਣਾਵੀ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਸੇ ਚੱਲ ਰਹੀ ਹੈ। ਦੇਖ ਕਿਸ ਪ੍ਰਕਾਰ ਸੇ ਯਹਾਂ ਪਰ ਲੋਕ ਸ਼ਾਂਤੀਪੂਰਵਕ ਤਰੀਕੇ ਸੇ ਮਤ ਆਪਣੇ ਮਤਾਧਿਕਾਰ ਕਾ ਪ੍ਰਯੋਗ ਕਰਨੇ ਕੇ ਲੀਏ ਆਏ ਹੋਏ ਹੈ। ਦੇਖ ਕਿਸ ਪ੍ਰਕਾਰ ਸੇ ਯਹਾਂ ਪਰ ਸ਼ਾਂਤੀਪੂਰਨ ਤਰੀਕੇ ਸੇ ਮਤਦਾਨ ਚੱਲ ਰਿਹਾ ਹੈ। ਗਾਂਵ ਰਾਮਪੁਰਾ ਕਾ ਇਹ ਦ੍ਰਿਸ਼ ਹੈ ਜਹਾਂ ਪਰ ਬਣੇ ਮਤਦਾਨ ਕੇਂਦਰ ਕੇ ਪਰ ਮਤਦਾਨ ਜਾਰੀ ਹੈ। ਦੇਖ ਕਿਸ ਪ੍ਰਕਾਰ ਸੇ ਇਹ ਮਤਦਾਨ ਕੇਂਦਰ ਕੇ ਬਾਹਰ ਕਾ ਮਾਹੌਲ ਹੈ। ਯਹਾਂ ਪਰ ਦੋਨੋਂ ਪਾਰਟੀਓ ਕੇ ਉਮੀਦਵਾਰੋਂ ਦੁਆਰਾ ਆਪਣੇ ਆਪਣੇ ਬੂਥ ਸਥਾਪਿਤ ਕੀਏ ਗਏ ਹੈ, ਜਹਾਂ ਪਰ ਕਾਰਯਕਰਤਾ ਪਹੁੰਚ ਰਹੇ ਹੈ। ਯਹਾਂ ਸੇ ਵੋਟਰ ਪਰਚੀ ਦੇ ਕਰ ਕਾਰਯਕਰਤਾਓਂ ਕੋ ਭੇਜਾ ਜਾ ਰਿਹਾ ਹੈ। ਲੋਕ ਯਹਾਂ ਸੇ ਵੋਟਰ ਪਰਚੀ ਲੇਕਰ ਆਪਣੇ ਮਤਾਧਿਕਾਰ ਕਾ ਪ੍ਰਯੋਗ ਕਰਨੇ ਕੇ ਲੀਏ ਬੂਥ ਕੇ ਅੰਦਰ ਜਾ ਰਹੇ ਹੈ। ਆਰਬੀ ਲਾਈਵ ਮੀਡੀਆ ਪਰ ਆਪਕੋ ਲਾਈਵ ਕਵਰੇਜ ਦਿਖਾ ਰਹਾ ਹੂੰ, ਬਣੇ ਰਹੇ ਮੇਰੇ ਸਾਥ, ਦੇਖਦੇ ਰਹੇ ਮੇਰਾ ਚੈਨਲ। ਆਪਣੇ ਇਲੈਕਸ਼ਨ ਹੋ ਰਹੇ ਆ ਰਾਮਪੁਰੇ ਦੇ ਵਿੱਚ, ਪੰਚਾਇਤ ਚੋਣ ਬਲਾਕ ਸਮਿਤੀ ਦੇ ਜ਼ਿਲ੍ਹਾ ਪਰਿਸ਼ਦ ਦੇ, ਬਹੁਤ ਵਧੀਆ ਵੋਟਾਂ ਹੋ ਰਹੀਆਂ ਨੇ, ਸ਼ਾਂਤਮਈ ਮਾਹੌਲ ਨਾਲ ਪੈ ਰਹੀਆਂ ਨੇ, ਕੋਈ ਇੱਥੇ ਪਾਰਟੀਬਾਜ਼ੀ ਨਹੀਂ ਹੋ ਰਹੀ। ਇੱਕ ਜੋ ਆਪਣੇ ਕੰਮਾਂ ਕਾਰਾਂ ਨੂੰ ਲੈ ਕੇ ਚੱਲ ਰਹੇ ਆ, ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਕਿ ਜੋ ਵੀ ਕੰਮ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਬਣਦਾ ਵਾ ਜਾਂ ਬਲਾਕ ਸਮਿਤੀ ਦਾ, ਪਰ ਉਹ ਲੋਕਾਂ ਨੂੰ ਇਹ ਕਿ ਸਾਡਾ ਕੰਮ ਹੋਵੇ। ਇਸ ਦੇ ਨਾਲ ਕਿ ਬਹੁਤ ਹੀ ਵਧੀਆ ਪੋਲਿੰਗ ਬੂਥ ਦੇ ਬਾਹਰ ਬੈਠੇ ਨੇ ਮੁੰਡੇ ਅਤੇ ਆਪਣਾ ਆਪਣਾ ਕੰਮ ਕਰ ਰਹੇ ਆ, ਕਿਸੇ ਨੂੰ ਪਾਰਟੀਬਾਜ਼ੀ ਨਾਲ ਨਹੀਂ ਹੈ। ਉਹ ਤਾਂ ਹੁੰਦਾ ਕਿ ਪਿੰਡ ਦੇ ਵਿੱਚ ਦੋ ਚੀਜ਼ਾਂ ਤਾਂ ਹੁੰਦੀਆਂ ਨੇ, ਜਿੱਤ ਵੀ ਹਾਰ ਹੁੰਦੀ ਆ, ਜੇ ਆਪਾਂ ਮੈਦਾਨ ਦੇ ਵਿੱਚ ਜਾਵਾਂਗੇ ਤਾਂ ਇੱਕ ਜਿੱਤੂਗਾ ਅਤੇ ਇੱਕ ਹਾਰੂਗਾ। ਉਸੇ ਮਾਹੌਲ ਨਾਲ ਬਹੁਤ ਸ਼ਾਂਤਮਈ ਵੋਟਾਂ ਪੈ ਰਹੀਆਂ ਨੇ ਔਰ ਸਰਬਸੰਮਤੀ ਹੋ ਰਹੀ ਹੈ, ਕੋਈ ਇੱਥੇ ਰੌਲਾ ਨਹੀਂ ਕਿਸੇ ਦਾ। ਪੀਸਫੁਲੀ ਜਿਹੜਾ ਹੈਗਾ ਸਾਡਾ, ਜਿਹੜੇ ਰਾਮਪੁਰੇ ਦੇ ਇਲੈਕਸ਼ਨ ਹੈ ਚੱਲ ਰਿਹਾ ਹੈਗਾ। ਹਾਂਜੀ, ਸਾਡੇ ਪਿੰਡ 'ਚ ਮਾਹੌਲ ਬਹੁਤ ਵਧੀਆ, ਸਾਨੂੰ ਕਹਿੰਦਾ 135 ਵੋਟਾਂ ਪੈ ਚੁੱਕੇ, ਕੋਈ ਲੜਾਈ ਝਗੜੇ ਦਾ ਕੰਮ ਹੈ। ਕਿਹੜੇ ਪਿੰਡ ਜੀ? ਰਾਮਪੁਰਾ ਜੀ। ਗਾਂਵ ਰਾਣਾ ਮੇਂ ਵੀ ਚੁਣਾਵ ਸ਼ਾਂਤੀਪੂਰਨ ਤਰੀਕੇ ਸੇ ਜਾਰੀ ਹੈ। ਦੇਖ ਕਿਸ ਤਰ੍ਹਾਂ ਸੇ ਯਹਾਂ ਪਰ ਪੋਲਿੰਗ ਬੂਥ ਪਰ ਕਾਰਯਕਰਤਾ ਉਪਸਥਿਤ ਹੈ, ਆਪਣੀ ਆਪਣੀ ਪਾਰਟੀ ਕੇ ਬੂਥ ਲਗਾ ਕਰ ਯਹਾਂ ਪਰ ਕਾਰਯਕਰਤਾ ਬੈਠੇ ਹੈ ਔਰ ਵੋਟਰੋਂ ਕੋ ਉਨਕੀ ਪਰਚੀ ਦੀ ਜਾ ਰਹੀ ਹੈ। ਆਰਬੀ ਲਾਈਵ ਮੀਡੀਆ ਪਰ ਆਪਕੋ ਲਾਈਵ ਕਵਰੇਜ ਦਿਖਾ ਰਹਾ ਹੂੰ, ਬਣੇ ਰਹੇ ਮੇਰੇ ਸਾਥ, ਦੇਖਦੇ ਰਹੇ ਮੇਰਾ ਚੈਨਲ। ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਰਮੇਸ਼ ਸਿੰਘ ਜੀ, ਰਮੇਸ਼ ਸਿੰਘ ਜੀ, ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਪਿੰਡ 'ਚ? ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ।
ਬਹੁਤ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ, ਬਹੁਤ ਵਧੀਆ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ? ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਜੀ, ਆਪਣੇ ਸ਼ਾਂਤੀ ਨਾਲ ਵੋਟਾਂ ਪਾਓ ਜੀ, ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਸਾਡੇ ਪਿੰਡ ਜੀ।